ਹਾਂਜੀ ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ? ਠੀਕ ਠਾਕ ਹੋ ਬਈ? ਆਪਾਂ ਆਏ ਹੋਏ ਹਾਂ ਬਈ ਮੰਨੇ ਗਾਗੋਵਾਲ ਬਾਈ ਦੇ ਪਿੰਡ, ਤੇ ਕਰਦੇ ਹਾਂ ਬਈ ਗੱਲਾਂ ਬਾਤਾਂ। ਦੋ ਚਾਰ ਦਵਾਈਆਂ ਪੁੱਛਾਂਗੇ ਜਿਹੜੀਆਂ ਮੇਨ ਮੇਨ ਨੇ, ਜਿਹੜੀਆਂ ਦੇ ਅੱਜ ਦੇ ਟਾਈਮ ਤੇ ਲੋੜ ਆ, ਜਿਹੜੀਆਂ ਦਵਾਈਆਂ ਦੀ ਉਹੀ ਪੁੱਛਾਂਗੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਹੋਰ ਬਈ ਠੀਕ ਠਾਕ ਹੋ? ਵਧੀਆ ਬਈ, ਚੜ੍ਹਦੇ। ਤਾਂ ਬਈ ਆਹ ਮਾਈਕ ਲਾ ਲੈਂਦੇ ਹਾਂ ਬਾਈ ਦੇ ਆਪਾਂ ਇੱਥੇ। ਤਾਂ ਵੀਰੇ ਕਿੰਨੇ ਕੁ ਬੱਚੇ ਕਢਾ ਲਏ ਬਈ ਇਸ ਵਾਰ? ਹੁਣ ਬੱਚੇ ਹੋਣਗੇ 70-80 ਬਈ। 70-80 ਕਢਾ ਲਏ? ਡਾਉਣੇ ਰੋਜ਼ ਹੀ ਹੁੰਦੇ ਹੁਣ? ਡੇਲੀ ਡਾਉਣੇ ਬਈ। ਕਿੰਨਾ ਟਾਈਮ ਡਾਉਣੇ ਬਈ ਹੁਣ ਇਹ? ਆਪਣਾ ਮਹੀਨਾ ਡਾਕ ਹੀ ਬੰਦ ਕਰਾਂਗੇ ਬਈ ਯਾਰ। ਲੱਗਦਾ ਲਗਾਤਾਰ ਮਹੀਨਾ ਡਾਕ ਹੈ? ਲੱਗੜ ਬਹੁਤ ਪੈਂਦਾ, ਲੱਗੜ ਪੈਂਦੀ ਹੈ ਪੂਰਾ ਜ਼ਿਆਦਾ ਪੈਂਦਾ। ਕੰਨੀਆਂ ਕੱਟ ਕੇ ਡਾਈ ਜਾਂਦੇ ਹਾਂ, ਤਾਂ ਅੱਛਾ ਕਰਕੇ ਬੱਚੇ ਦਾ ਨੀਵੇਂ ਉੜਦੇ ਆ। ਠੀਕ, ਕੰਨੀਆਂ ਕਿਹੜੀਆਂ ਕੱਟਦੇ ਹੋ ਬਈ? ਵਿੱਚੋਂ ਵਿੱਚੋਂ ਵਿਰਲੀਆਂ ਕੱਟ ਦਿੰਦੇ ਆ ਬਈ। ਅੱਛਾ, ਉਹਦੇ ਨਾਲ ਬੜਾ ਉੱਚੀ ਨਹੀਂ ਆਉਂਦਾ? ਉੱਚੇ ਹਾਂ, ਇੱਕ ਜ਼ਿਆਦਾ ਬੱਚੇ ਉੱਡਣ ਕਾਰਨ ਘਰੇ ਡਾਰ ਉੱਡਦੀ ਆ, ਨੀਵੇਂ ਉੱਡਦੇ ਆ ਕੁਛ ਕੰਨੀਆਂ ਕੱਟੀਆਂ ਕਾਰਨ। ਠੀਕ ਠੀਕ। ਆਇਆ ਵੀ ਜਿਹੜਾ ਕਬੂਤਰ ਵੱਧ ਘਰੇ ਬੱਚਾ ਵੱਧ ਉੱਡ ਗਿਆ ਹੁਣ, ਵੱਧ ਡਾਈਆਂ ਉੱਡ ਗਿਆ, ਮਹੀਨਾ ਮਹੀਨਾ 25 ਦਿਨ 20 ਦਿਨ ਉੱਡ ਗਿਆ, ਤੇ ਗਾਹਾਂ ਮਾਰ ਨਹੀਂ ਪੈਂਦੀ ਛੇਤੀ, ਹੈ ਨਾ? ਨਹੀਂ ਤੰਗ ਕਰੀ ਜਾਂਦੇ ਨੇ, ਖਰਾਬ ਖਰੂਬ ਜ਼ਿਆਦਾ ਹੋ ਜਾਂਦੇ ਯਾਰ। ਠੀਕ ਹੈ। ਤਾਂ ਜਦੋਂ ਬੰਦ ਕਰਨੇ ਵੀ ਫਿਰ ਦਵਾਈ ਲਾ ਕੇ ਬੰਦ ਕਰੋਗੇ? ਹਾਂ, ਦਵਾਈ ਲਾ ਕੇ ਬੰਦ ਕਰਾਂਗੇ। ਕਿਹੜੀ ਦਵਾਈ ਲਾਉਂਗੇ ਬਈ? ਹਾਈਟੈਕ ਜਾਂ ਪੈਪਰਾਜ਼ੀਨ ਲਾ ਦਾਂਗੇ, ਹਲਕੀ ਜਿਹੀ ਹੁੰਦੀ ਹੈ ਪੈਪਰਾਜ਼ੀਨ। ਹਾਂ, ਹਾਈਟੈਕ ਜਾਂ ਪੈਪਰਾਜ਼ੀਨ। ਹਾਂ, ਤਾਂ ਉਸ ਤੋਂ ਬਾਅਦ ਬਈ ਕੱਢੋਗੇ ਕਦੋਂ ਫਿਰ? ਕਿਹੜੇ ਮਹੀਨੇ 'ਚ? ਬਸ ਆਪਾਂ ਪੱਟ ਦਿੰਦੇ ਹਾਂ ਜਾ ਕੇ ਕੰਨੀਆਂ ਬਈ, ਆ ਆਪਣਾ 15 ਫਰਵਰੀ ਨੂੰ 15 ਫਰਵਰੀ ਨੂੰ ਕੰਨੀਆਂ। ਜੇ ਆਪਾਂ ਭਾਦੋਂ ਜਾਂ ਸੋਰੀ ਆਪਾਂ ਜੇ ਆਪਾਂ ਆਹ ਛੱਡਨੇ ਆ, ਦੂਸਰਾ ਵਾਲੇ ਛੱਡਨੇ ਆ, ਉਹ ਪਹਿਲਾਂ ਪੱਟਣੇ ਪੈਂਦੇ, ਦੂਸਰਾ ਵਾਲੇ ਪਹਿਲਾਂ ਪੱਟਣੇ ਪੈਂਦੇ ਬਾਜੀਆਂ ਹਿਸਾਬ ਨਾਲ ਦੇਖ ਕੇ। ਤਾਂ ਬਈ ਪੱਟਣ ਪੁੱਟਣ ਦਾ ਮੰਨ ਲਓ ਵੀ ਕਿਹੜਾ ਸਹੀ ਆ? ਵੀ ਕਈ ਵਾਰ ਗਲਤ ਪੱਟੇ ਜਾਂਦੇ ਨੇ, ਉਹ ਫਿਰ ਮੁੜ ਕੇ ਫਿਰ ਝਾੜਦੇ ਰਹਿੰਦੇ ਨੇ। ਆਪਾਂ ਤਾਂ ਨਿਸ਼ਾਨੀਆਂ ਲਾ ਲੈਂਦੇ ਆ ਬਈ। ਅੱਛਾ, ਵੀ ਜਿਵੇਂ ਪੱਟਣ ਤੋਂ ਮਹੀਨਾ ਪਹਿਲਾਂ ਦੇਖ ਲੈਂਦੇ ਆ, ਡੇਢ ਮਹੀਨਾ, ਉਹ ਨਿਸ਼ਾਨੀਆਂ ਰੰਗ ਲਾ ਲੈਂਦੇ ਵੀ ਇਹਦੇ ਇੱਕ ਰਹਿੰਦੀ ਆ, ਉਹਦੇ ਸਿਰ ਤੇ ਰੰਗ ਜਿਵੇਂ ਅਲੱਗ ਅਲੱਗ ਰੰਗ ਲਾ ਲੈਂਦੇ ਆ ਬਈ, ਉਹਦੇ ਨਾਲ ਪਤਾ ਲੱਗ ਜਿਹੜਾ ਸਰ ਹੋਇਆ ਬੈਠਾ ਉਹਨਾਂ ਦੇ ਅੱਡ ਰੰਗ ਲਾ ਲੈਂਦੇ, ਉਹਨਾਂ ਦੇ ਅੱਡ ਲਾ ਲੈਂਦੇ, ਹਾਂ ਲਿਖ ਲੈਂਦੇ ਆ, ਮਗਰ ਗਲਤ ਨਹੀਂ ਪੱਟਿਆ ਜਾਂਦਾ? ਗਲਤ ਨਹੀਂ ਪੱਟਿਆ ਜਾਂਦਾ। ਕੱਢਣ ਵੇਲੇ ਵੀ ਦਵਾਈ ਲੱਗਦੀ ਹੈ ਬਈ? ਹਾਂ, ਲੱਗਦੀ ਹੈ ਬਈ ਦਵਾਈ, ਸ਼ੁਰੂ 'ਚ ਹੀ ਲੱਗਦੀ ਹੈ? ਹਾਂ, ਉਦੋਂ ਵੀ ਸੇਮ ਦਵਾਈ ਬਈ? ਐਬੀਟਰੋਲ ਲਾਵਾਂਗੇ ਉਦੋਂ ਬਈ, ਬਾਹਰ ਦੀ ਕੋਈ ਆ ਐਬੀਟਰੋਲ? ਹਾਂ, ਤੇ ਉਹ ਉਹਦਾ ਰਿਐਕਟ ਕਿਵੇਂ? ਅੱਛਾ ਬਈ, ਇਹ ਗੋਲੀ ਆ ਬਈ ਐਬੀਟਰੋਲ, ਐਬੀਟਰੋਲ ਪਲੱਸ, ਉੱਥੇ ਦਿਖਾ ਕੈਮਰਾ। ਹਾਂ, ਤਾਂ ਦਿਖਾ ਦਿੰਦੇ ਆ ਬਈ ਤੁਹਾਨੂੰ ਇਹ ਬਈ ਮਲੱਪਾਂ ਵਾਲੀ ਆ? ਮਲੱਪਾਂ ਵਾਲੀ ਆ ਬਈ, ਪੇਟੀ 'ਚੋਂ ਵੀ ਕੱਢਦੇ ਆ ਗਲਾਸ ਕੇ। ਅੱਛਾ, ਤੇ ਤੱਕਾਂ ਵਾਲੇ ਬੜਾ ਪਚੌੜੇ ਵੀ ਕੱਢਦੇ ਆ ਬਈ ਯਾਰ, ਬਿੱਠਾ ਰਾਹੀਂ ਵੀ। ਹਾਂ, ਗਲ ਰਾਹੀਂ ਤੇ ਬਿੱਠਾ ਰਾਹੀਂ ਕੱਢਦੇ, ਪੂਰਾ ਸਿਰੇ ਦਾ ਰਿਜ਼ਲਟ ਆ ਬਈ, ਵਧੀਆ ਰਿਜ਼ਲਟ ਆ ਡਾਉਂਟਰ ਨਾਲੋਂ, ਪੂਰਾ ਸਿਰਾ ਸਿਰਾ ਬਈ, ਗਲਾਸ ਕੇ ਵੀ ਕੱਢਦੇ ਦੇ ਨਾਲ ਬਿੱਠਾ ਰਾਹੀਂ ਵੀ ਕੱਢਦੇ ਆ, ਸਿਰੇ ਦੀ ਆ ਜਾਂਦਾ। ਆਹ ਦਵਾਈ ਆ ਵੀਰੇ ਐਵੀਟ੍ਰੋਲ ਪਲੱਸ, ਬਾਹਰ ਦੀ ਗੋਲੀ ਆ, ਆਸਟ੍ਰੇਲੀਆ ਦੀ ਆ ਬਈ, ਆਸਟ੍ਰੇਲੀਆ ਦੀ। ਜ਼ਿਆਦਾ ਤਾਂ ਡਾਉਂਟਰ ਪਲੱਸ ਯੂਜ਼ ਕਰਦੇ ਆ ਜਾਂ ਦੂਜੀ ਪੈਪਰਾਜ਼ੀਨ ਹੋ ਗਈ, ਤੇ ਆਹ ਬਈ ਮੂੰਹ 'ਚੋਂ ਵੀ ਕੱਢਦੀ ਆ ਗਲੱਚ ਕੇ, ਤੇ ਬਿੱਠਾ ਰਾਹੀਂ ਵੀ ਕੱਢਦੀ ਆ ਮੜਾਪਾ, ਹਨਾ? ਆਪਾਂ ਅੱਧੀ ਦਿੰਦੇ ਆ ਬਈ। ਅੱਛਾ, ਅੱਧੀ ਗੋਲੀ ਲੱਗਦੀ? ਅੱਧੀ ਬਹੁਤ ਆ ਗਈ ਕੋਈ, ਤੇ ਵਿੱਚ ਪੂਰੀ ਵੀ ਦੇ ਜਾਂਦੇ ਨੇ? ਪੂਰੀ ਵੀ ਦੇ ਦਿੰਦੇ ਵਿੱਚ, ਮੰਨ ਲਾ ਨੁਕਸਾਨ ਕੋਈ ਨਹੀਂ, ਸਪੈਸ਼ਲ ਨੁਕਸਾਨ ਨਹੀਂ, ਪੂਰਾ ਸਿਰੇ ਦੀ ਰਿਜ਼ਲਟ ਆ ਯਾਰ। ਤੇ ਉਸ ਤੋਂ ਬਾਅਦ ਬਈ ਜਦੋਂ ਕੱਢ ਲਏ, ਫਿਰ ਮੰਨ ਲਾ ਦਵਾਈ ਲਾ ਕੇ, ਉਦੋਂ ਬਾਅਦ ਫਿਰ ਕਿੰਨੀਆਂ ਡਾਈਆਂ ਹੁੰਦੀਆਂ ਨੇ ਉਦੋਂ ਬਾਅਦ? ਦਵਾਈ ਲਾ ਕੇ ਬਈ ਰੈਸਟ ਰੁਸਟ ਕਰਾ ਕੇ ਇਹਨਾਂ ਨੂੰ, ਤੇ ਧੁੱਪ ਲਵਾ ਕੇ ਪੂਰੀ। ਅੱਛਾ ਬਈ। ਹਾਂ, ਜਦੋਂ ਕੱਢਣੇ ਆ ਉਦੋਂ ਪਹਿਲਾਂ ਧੁੱਪ ਲਵਾਉਣੇ, ਤੇ ਪੂਰੀ ਧੁੱਪ ਲਵਾ ਕੇ ਜਾਲਾਂ ਜੂਲਾਂ 'ਚ ਪਾ ਕੇ, ਤੇ ਫੇਰ ਹੀ ਕੱਢਣ ਲੱਗਦੇ ਆ ਬਈ। ਤੇ ਉਸ ਤੋਂ ਬਾਅਦ ਫਿਰ ਬਈ ਮੰਨ ਲਓ ਲਗਾਤਾਰ ਹੀ ਕਿੰਨਾ ਟਾਈਮ ਉੱਡਦੇ ਹੋ? ਲਗਾਤਾਰ ਡਾਈਆਂ ਕਰਾ ਕੇ ਬਈ, ਤੇ ਹਾਂ ਸੁੱਕੀਆਂ ਮੰਨ ਲਾ ਵੀ 10 ਡਾਈਆਂ ਜਾਂ 8 ਲਗਾਤਾਰ ਕਰਾ ਕੇ, ਫਿਰ ਹਾਂ ਕਬੂਤਰ ਦੇਖ ਲੈਂਦੇ ਆ ਕਿਵੇਂ ਜਿਹਾ ਕਬੂਤਰ ਆਉਂਦਾ ਆਪਣਾ। ਅੱਛਾ ਬਈ। ਉਹ ਹਿਸਾਬ ਨਾਲ ਤੇ ਨਹੀਂ ਰੈਸਟ ਦੇ ਦਿੰਦੇ ਆ ਕਬੂਤਰ ਨੂੰ, 1 ਦਿਨ ਦੀ ਬੰਦੀ ਕਰ ਦਿੰਦੇ ਆ। ਅੱਛਾ, 1 ਦਿਨ ਦੀ ਬੰਦੀ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਬਈ ਫਿਰ ਖੁਰਾਕ ਕਿਹੜੀ ਚੱਲਦੀ ਹੈ ਨਾਲ ਨਾਲ? ਜਦੋਂ ਪਹਿਲਾਂ ਤਾਂ ਆਪਾਂ ਸੱਚ ਖੁਰਾਕ ਤਾਂ ਰਹਿ ਗਈ ਸੀ, ਜਦੋਂ ਆਪਾਂ ਸਿਆਲਾਂ 'ਚ ਆਪਾਂ ਕਬੂਤਰ ਬੰਦ ਕੀਤੇ ਹੁੰਦੇ ਨੇ ਬਈ, ਉਦੋਂ ਕਿਹੜੀ ਖੁਰਾਕ ਚੱਲਦੀ ਹੈ ਹੁਣ? ਬਈ ਉਹ ਛੋਲੇ ਮਾੜੇ ਮੋਟੇ, ਕਣਕ, ਸਰੋਂ ਵੀ ਪਾ ਦਿੰਦੇ ਆਪਾਂ ਤਾਂ ਬਈ। ਜੇ ਜ਼ਿਆਦਾ ਪਾਣੀ ਵਾਲੀਆਂ ਬਿੱਠਾਂ ਜਾਂ ਮਾਰ ਲੱਗ ਜਾਂਦਾ, ਖੁੱਡੇ ਗਿੱਲੇ ਹੋਣ ਲੱਗ ਜਾਂਦੇ, ਫਿਰ ਬੰਦ ਕਰ ਦਿੰਦੇ। ਅੱਛਾ, ਫਿਰ ਬੰਦ ਕਰ ਦਿੰਦੇ? ਨਹੀਂ, ਮਾੜੀ ਮੋਟੀ ਤਾਂ ਸਰੋਂ ਚੱਲ, ਚਾਰ ਚਾਰ ਦਾਣਾ ਆਏ ਨੇ, ਵਧੀਆ ਗੱਲ ਹੀ ਹੈ, ਹੈ ਨਾ? ਇਹ ਤੰਦਰੁਸਤਾ ਕੁਛ ਨਹੀਂ ਹੁੰਦਾ ਬਈ, ਛੋਲੇ ਵੀ ਚੱਲ ਜਾਂਦੇ ਬਈ, ਛੋਲੇ ਹਾਂ ਘੱਟ ਪਾ ਕੇ ਰਾਜੀਆਂ ਛੋਲੇ ਬਈ, ਬਾਕੀ ਬਈ ਪਾਉਣੇ ਜ਼ਰੂਰ ਹੈ, ਪਾਉਣੇ ਜ਼ਰੂਰ ਹੈ। ਬਾਕੀ ਬਈ ਜਿਵੇਂ ਆਹ ਹੋ ਗਈ ਮੱਕੀ ਹੋ ਗਈ,
ਤੇ ਦਾਲਾਂ ਹੋ ਗਈਆਂ, ਮੂੰਗੀ ਮਾਂਗੀ ਮੱਕੀ ਬਈ ਹੁਣ ਜੋੜਿਆਂ ਨੂੰ ਪਾਈ ਜਾਂਦੇ ਸਰੋਂ ਮੱਕੀ ਤੇ ਆਪਣਾ ਕਣਕ। ਠੀਕ ਆ ਬਈ, ਜਿਹੜੇ ਬੱਚਿਆਂ ਨੂੰ ਖੁਰਾਕ ਲੱਗੇ ਜਾ ਕੇ। ਠੀਕ ਆ ਬਈ, ਤੇ ਅੱਜ ਦੇ ਟਾਈਮ ਤੇ ਹੁਣ ਜਿਹੜੇ ਆਪਾਂ ਬੱਚਿਆਂ ਦੀਆਂ ਤੁਸੀਂ ਨਵੇਂ ਕਢਾਏ ਨੇ ਜੋੜਿਆਂ ਤੋਂ ਡਾਈਆਂ ਕਰਾ ਰਹੇ ਹੋ ਜਿਨ੍ਹਾਂ ਦੀਆਂ, ਇਹਨਾਂ ਨੂੰ ਕਿਹੜੀ ਖੁਰਾਕ ਚੱਲਦੀ ਹੈ? ਹੁਣ ਕਣਕ ਤੇ ਸਰੋਂ ਚੱਲਦੀ ਹੈ ਬਈ, ਦੋ ਚੀਜ਼ਾਂ ਬਸ, ਦੋ ਚੀਜ਼ਾਂ ਚੱਲਦੀਆਂ। ਠੀਕ ਆ ਬਈ, ਤਾਂ ਫਿਰ ਉਸ ਤੋਂ ਬਾਅਦ ਫਿਰ ਜਦੋਂ ਹੱਥੀਂ ਚੱਕੇ ਸੀ ਉਹਨਾਂ ਨੂੰ ਛੋਲੇ ਛੋਲੇ ਵੀ ਦਿੱਤੇ ਵਿੱਚ ਉਹ ਛੋਲਿਆਂ ਦੇ ਪਾਲੇ, ਪ੍ਰੋਪਰ ਆਪਣਾ ਮਹੀਨਾ ਕੁ ਪਹਿਲਾਂ ਕਬੂਤਰ 25 ਦਿਨ ਮਹੀਨਾ ਪਹਿਲਾਂ ਕੱਢ ਲੈਂਦੇ ਆ ਕਬੂਤਰ ਨੂੰ। ਅੱਛਾ, ਬਾਜੀ ਤੋਂ, ਬਾਜੀ ਤੋਂ ਇੱਕ ਮਹੀਨਾ ਪਹਿਲਾਂ ਲਾਲਾ, ਮਹੀਨਾ ਲਾਲਾ, ਹਾਂ ਪਹਿਲਾਂ ਕੱਢ ਲੈ, ਉਹਦੇ ਤੋਂ ਬਦਾਮ ਸਟਾਰਟ ਕਰ ਦਿੰਦੇ ਆ ਬਈ, ਜਦੋਂ ਕੱਢਿਆ ਜਦੋਂ ਕੱਢ ਲਿਆ ਉਹਦੀ ਬਦਾਮ, ਉਹਦੇ ਤੋਂ ਹਾਂ। ਠੀਕ, ਆਪਾਂ ਪਹਿਲਾਂ ਕਬੂਤਰ ਨੂੰ ਬਦਾਮ ਚੱਕਾਂ ਲਾ ਲੈਂਦੇ ਆ ਪਹਿਲੀ ਕੱਢਣ ਤੋਂ, ਸਾਰੇ ਕੁੱਡੇ ਜਿਹਨੇ ਤੋਂ ਭੁੱਖੇ ਹੁੰਦੇ ਆ ਕਬੂਤਰ, ਉਦੋਂ ਪਾ ਦਿੰਦੇ ਆ ਸਾਰਿਆਂ ਨੂੰ ਛੱਡ ਦਿੰਦੇ ਆ, ਥੋੜੇ ਬਦਾਮ ਉਦੋਂ ਖਾਣ ਲੱਗ ਜਾਂਦੇ ਨੇ ਕਬੂਤਰ। ਕਿੰਨੇ ਕੁ ਬਦਾਮ ਦਿੰਦੇ ਹੋ ਬਈ ਉਦੋਂ? ਕਿੰਨੇ? 8 ਕ ਇੱਕ ਕਬੂਤਰ ਦੇ ਬਦਾਮ ਪਾਉਣੇ ਆ ਬਈ ਆਪਾਂ, ਇਕੱਠਿਆਂ ਨੂੰ ਹੀ ਪਾਉਣੇ ਆ ਸਾਰਿਆਂ ਨੂੰ, ਸਾਰਿਆਂ ਨੂੰ ਜਿੰਨੇ ਕੱਢ ਲਏ ਆਪਾਂ। ਇਹ ਨਹੀਂ ਵੀ ਵਿੱਚ ਬੰਦੇ ਕਹਿੰਦੇ ਇਕੱਲੇ ਇਕੱਲੇ ਨੂੰ, ਫਿਰ ਤਾਂ ਕਿੱਥੇ ਲੋਟ ਆਉਂਦਾ, ਨਾ ਇਕੱਲੇ ਦਾ ਟਾਈਮ ਬਹੁਤ ਲੱਗ ਜਾਂਦਾ, ਟਾਈਮ ਬਹੁਤ ਲੱਗ ਜਾਂਦਾ। ਅੱਛਾ, ਉਦੋਂ ਬਾਅਦ ਬਦਾਮ, ਬਦਾਮਾਂ ਦੇ ਨਾਲ ਵੀ ਕੋਈ ਨਵੀਂ ਖੁਰਾਕ? ਕਣਕ ਪਾਉਣੇ ਬਈ ਬਦਾਮ ਨਾਲ, ਇਕੱਲੀ ਕਣਕ ਵੀ? ਇਕੱਲੀ ਕਣਕ। ਠੀਕ ਆ ਬਈ, ਬਦਾਮ ਤੇ ਕਣਕ, ਕੱਟ ਕੇ ਕਬੂਤਰ ਦੇ ਬਦਾਮ, ਦੂਜੀ ਕਣਕ ਹੋ ਜਾਂਦੀ ਬਈ। ਠੀਕ ਆ ਬਈ, ਤੇ ਧੋ ਕੇ ਸੁਕਾ ਲੈਣੇ ਸਾਵੇਂ। ਅੱਛਾ, ਕਣਕ ਧੋ ਕੇ ਸੁਕਾ ਗਿਆ, ਹਰ ਦਵਾਈਆਂ ਵਾਲੀ ਕਣਕ ਧੋਣੀ ਵੀ ਚਾਹੀਦੀ ਹੈ। ਤੇ ਜਿਹੜੇ ਮੰਨ ਲਾ ਪਾਣੀ ਪੂਣੀ ਲੱਗਦੇ ਆ, ਇਹ ਫਿਰ ਕਦੋਂ ਲੱਗਣ ਲੱਗਦੇ ਬਈ? ਇਹਦਾ ਪ੍ਰੋਪਰ ਸੁੱਕੀਆਂ ਡਾਈਆਂ ਕਰਾ ਕੇ ਬਈ, ਪ੍ਰੋਪਰ ਜਦੋਂ ਹੋ ਗਈਆਂ ਪੂਰੀਆਂ ਡਾਈਆਂ ਆਪਣੀਆਂ, 10 ਤੇ ਫਿਰ ਉਹ ਕਰਦੇ ਆ, 10-11 ਤੱਕ ਵੱਧ ਹੋ ਜਾਂਦੀਆਂ ਬਈ। ਅੱਛਾ, ਡਾਈਆਂ ਵੱਧ ਹੋ ਜਾਂਦੀਆਂ, 4-5 ਤਾਂ ਨਾਗ ਵਾਲੀਆਂ ਹੋ ਜਾਂਦੀਆਂ। ਅੱਛਾ, 4-5 ਨਾਗ ਵਾਲੀਆਂ ਹੁੰਦੀਆਂ, ਬਾਕੀ ਦੂਜੀਆਂ ਕੋਈ ਦਵਾਈ ਮੰਨ ਲਾ ਜਿਹੜੇ ਹੁਣ ਨਵੇਂ ਬੰਦੇ ਨੇ ਹਨਾ, ਨਵੇਂ ਬੰਦੇ ਨੂੰ ਵੀਰੇ ਅੱਜ ਕੱਲ੍ਹ ਵੀ ਮੰਨ ਲਾ ਤੇ ਦਵਾਈਆਂ ਤੋਂ ਹੀ ਮਾਰ ਖਾ ਜਾਂਦੇ ਨੇ, ਤੇ ਜਾਂ ਫਿਰ ਕਈਆਂ ਦੇ ਮਨ ਗੇਮ ਗੂਮ ਨਹੀਂ ਹੁੰਦੀ ਹਨਾ ਦਵਾਈਆਂ, ਜਿਵੇਂ ਬਈ ਹੁਣ ਅੱਖਾਂ ਵਾਲੀ ਬਹੁਤ ਚੱਲ ਰਹੀ ਹੈ ਨਾ। ਹਾਂ ਬਈ, ਅੱਖਾਂ ਵਾਲੀ ਵਾਸਤੇ ਦੱਸ ਦਿੰਦਾ ਮੈਂ ਤੁਹਾਨੂੰ, ਮੈਂ ਤੇ ਆਹ ਇੰਜੈਕਸ਼ਨ ਆ ਬਈ, ਇਹ ਦਿਖਾ ਦੇ, ਮਿਕਸ ਕਰਕੇ ਅੱਖਾਂ 'ਚ ਪਾਉਣੇ ਪਈ ਹਨ, ਇਹ ਦੋਨੇ ਮਿਕਸ ਕਰਕੇ। ਬਹੁਤ ਤਕੜਾ ਰਿਜ਼ਲਟ ਆ ਸਿਰ ਆ, ਅੱਜ ਕੱਲ੍ਹ ਬੜੀ ਵੱਧ ਰਹੀ ਹੈ ਬਈ ਅੱਖਾਂ, ਪੂਰਾ ਜ਼ਿਆਦਾ ਸਿਰ ਆ ਰਿਜ਼ਲਟ ਆ ਬਈ। ਕਿੰਨੇ ਦਿਨ ਬਈ? 2-3 ਵਾਰੀ ਪਾ ਦੇ ਵਾਧੂ ਬਈ, ਤਾਂ ਲੋਟ ਹੋ ਜਾਂਦਾ ਜਮਾ। ਤੇ ਘੁੰਮਣੀ ਤੋਂ ਵੀ ਇਹ ਵੀ ਜ਼ਿਆਦਾ ਚੀਜ਼ ਚੱਲਦੀ ਆ ਜੇ ਘੁੰਮਣੀ ਤੋਂ, ਤਾਂ ਬਈ ਇੱਕ ਇਹ ਵੀ ਠੀਕ ਆ, ਬਹੁਤ ਵਧੀਆ ਤੈਨੂੰ ਦਿਖਾ ਦਿੰਦੇ ਜੀ, ਇਹ ਆ ਬਈ, ਇਹ ਬਾਹਰ ਦਾ ਲੱਗਦਾ ਬਈ? ਨਹੀਂ, ਇੱਥੋਂ ਦੀ ਆ ਬਈ। ਅੱਛਾ, ਛਾਹ ਲਾ ਦੋਗੀ? ਹਾਂ, ਪੂਰਾ ਵਧੀਆ ਰਿਜ਼ਲਟ ਹੈ ਇਹਦਾ ਬਈ। ਠੀਕ ਹੈ, ਠੀਕ ਹੈ, ਇਹਦੀ ਡੋਜ਼ ਡੋਜ਼ ਕਿੰਨੀ ਕੁ ਦੇਣੀ? ਇਹ 0.2 ਲੱਗਦਾ ਬਈ, 0.2। ਹਾਂ, ਉਹ ਸ਼ੂਗਰ ਵਾਲੀ ਸ਼ੂਗਰ ਵਾਲੀ ਹਾਂ, ਤੇ ਇੱਕ ਨਾ ਸਰੰਜ ਜਿਹੜੇ ਉਹ ਲਾਏ, ਸ਼ੂਗਰ ਵਾਲੀ ਸਰੰਜ ਬਈ, ਜਿਹਦੇ ਸੂਈ ਲੈ ਕੇ ਚੜਦੀ ਆ, ਸੂਈ ਲਾ ਕੇ ਨਾ ਭਰ ਲੇ, ਇੱਕ ਬੰਦੇ ਦਾ ਫਿਰ ਇਹ ਜ਼ਿਆਦਾ ਜਾ ਗਾੜਾ ਹੁੰਦਾ, ਠੀਕ ਹੈ, ਗਾੜਾ ਹੁੰਦਾ, ਵਿੱਚ ਹੀ ਰਹਿ ਜਾਂਦਾ। ਹਾਂ, ਵਿੱਚ ਹੀ ਰਹਿੰਦਾ, ਨਹੀਂ ਭਰਦੀ ਨਹੀਂ ਬਈ ਸਰੰਜ, ਜਾਮ ਹੋ ਜਾਂਦਾ। ਹਾਂ ਜਾਂ, ਹਾਂ, ਇੱਕ ਉਹ ਵੀਰੇ ਕੈਂਕਰ ਵਾਲਾ ਕੀ ਮਸਲਾ ਹੋ ਜਾਂਦਾ ਹੈਗਾ ਵੀ, ਜਿਵੇਂ ਕਬੂਤਰ ਦੇ ਗਲ 'ਚ ਵੀ ਹੋ ਜਾਂਦਾ ਹੈਗਾ ਹਨਾ ਕੈਂਕਰ ਤੋਂ ਬਈ? ਮੈਟਰੋ ਜੈਲ 200, ਚੌਥਾ ਹਿੱਸਾ ਦਾ ਉਹਦਾ ਬਈ, ਪੂਰਾ ਸਿਰ ਦਾ ਰਿਜ਼ਲਟ 200। ਹਾਂ, ਪੂਰਾ, ਹਾਂ, ਸਿਰਾ ਰਿਜ਼ਲਟ ਆ ਬਈ ਉਹਦਾ। ਗੋਲੀ ਹੈ ਬਈ, ਟੈਬਲੇਟ? ਹਾਂ ਬਈ, ਟੈਬਲੇਟ ਇੱਥੋਂ ਹੀ ਮਿਲ ਜਾਂਦੀ ਹੈ? ਆਮ ਹੀ ਮਿਲ ਜਾਂਦੀ ਹੈ ਬਈ। ਅੱਛਾ, ਉਹ ਵੀ 2-3 ਦਿਨ ਦੀ ਨਹੀਂ ਪੈਂਦੀ? ਉਹ ਤਾਂ ਹੋਰ ਬਹੁਤ ਫਾਇਦੇ ਆ ਬਈ। ਹੋਰ ਉਹਦਾ ਕੀ? ਉਹਦਾ ਬਈ ਜਦੋਂ ਆਪਾਂ ਕਬੂਤਰ ਗਰਮੀ ਕੱਢਦੇ ਆ, ਕਈ ਵਾਰੀ ਪਾਣੀ ਨਹੀਂ ਰੁਕ ਜਾਂਦੇ, ਹਾਂ ਬਈ, ਪਾਣੀ ਆ ਖਿੱਚਦੇ ਨਹੀਂ ਉੱਡ ਕੇ ਆਇਆ ਕਬੂਤਰ, ਉਹ ਦੇ ਦਿਓ ਬਈ, ਚੌਥਾ ਹਿੱਸਾ ਸਿਰਾ ਰਿਜ਼ਲਟ ਆ ਬਈ। ਅੱਛਾ, ਤੇ ਤੁਹਾਡੇ ਕਬੂਤਰ ਵੀ ਜਿਹੜੇ ਜ਼ਿਆਦਾ ਮਸ਼ਹੂਰ ਨੇ ਬਈ, ਉਹ ਮਤਲਬ ਬਿੰਦਰ ਵਾਲੇ ਬਈ ਜ਼ਿਆਦਾ ਮਸ਼ਹੂਰ ਤੁਹਾਡੇ ਕਬੂਤਰ? ਆਪਣੇ ਰਾਜਨ ਵਾਲੇ ਵੀ, ਬਿੰਦਰ ਵਾਲੇ ਵੀ ਬਈ, ਹੁਣ ਬਿੰਦਰਾਂ ਜ਼ਿਆਦਾ ਹੁਣ ਟ੍ਰੈਂਡ ਹੋ ਰਿਹਾ, ਹੁਣ ਬਿੰਦਰ ਵਾਲੇ ਹੁਣ ਜ਼ਿਆਦਾ ਚੱਲ ਰਿਹਾ ਅੱਜ ਕੱਲ੍ਹ ਹਨਾ, ਬਿੰਦਰ ਵਾਲੇ ਜ਼ਿਆਦਾ। ਹਾਂ, ਤੇ ਮੋਰ ਵਾਲੇ ਕਬੂਤਰ ਚੰਗੇ ਉੱਡੇ ਕਾ ਬਈ ਆਪਣੇ ਕੋਲ। ਅੱਛਾ ਬਈ, ਹਾਂ, ਤਾਂ ਬਈ ਦੇ ਕਬੂਤਰ ਨੇ ਬਿੰਦਰ ਵਾਲੇ ਹੋਏ, 3-4 ਨਸਲਾਂ ਵਧੀਆ ਉੱਡੇ ਬਈ, ਨਿੰਗਾਲੇ ਵੀ ਹੈਗੇ ਬਈ ਆਪਣੇ, ਨਿੰਗਾਲੇ ਬਈ, ਬਿੰਦਰ ਤੋਂ ਆਏ ਨੇ ਬਈ, ਰਾਜਨ ਵਾਲੇ ਨਿੰਗਾਲੇ। ਤਾਂ ਬਈ ਉਹ ਕਬੂਤਰ ਤੁਹਾਨੂੰ ਦਿਖਾਵਾਂਗੇ ਹੁਣ, ਪੂਰੀ ਟ੍ਰੈਂਡਿੰਗ 'ਚ ਚੱਲ ਰਹੇ ਨੇ ਬਈ ਬਿੰਦਰ ਵਾਲੇ ਕਬੂਤਰ ਆ ਜਿਹੜੇ, ਤੇ ਬਾਕੀ ਜਿਹੜੇ ਬਾਈ ਨੇ ਦੱਸਿਆ ਰਾਜਨ ਵਾਲੇ ਤੇ ਨਿੰਗਾਲੇ ਵੀ ਹੋਗੇ ਬਾਈ ਕੋਲੇ ਹਨਾ, ਤਾਂ ਜਿਹੜੇ ਮਸ਼ਹੂਰ ਕਬੂਤਰ ਆ ਬਈ ਉਹ ਹੁਣ ਤੁਹਾਨੂੰ ਦਿਖਾਵਾਂਗੇ। ਬਾਕੀ ਬਈ ਆਜੋ, ਤੁਹਾਨੂੰ ਮਸ਼ਹੂਰ ਕਬੂਤਰ ਦਿਖਾਉਣੇ ਆ ਬਾਈ ਦੇ, ਤੇ ਨਾਲੇ ਤੁਹਾਨੂੰ ਮਾੜਾ ਜਿਹਾ ਸੈਟਅਪ ਦਿਖਾਵਾਂਗੇ ਜਿਹੜਾ ਨਵਾਂ ਬਣਾਇਆ ਗਾ। ਤਾਂ ਬਈ ਪਹਿਲਾਂ ਕਬੂਤਰ ਹੀ ਦੇਖ ਲੈਂਦੇ ਆ ਬਾਈ, ਹੋਰਾਂ ਨੇ ਕਬੂਤਰ ਕੱਢ ਰੱਖੇ ਨੇ, ਆਹ ਨੇ ਬਈ ਬਿੰਦਰ ਵਾਲੇ ਕਬੂਤਰ। ਅੱਛਾ, ਬਿੰਦਰ ਪੁੱਲੇ ਵਾਲੇ ਕਬੂਤਰ ਨੇ ਬਈ, ਜਿਹੜੇ ਬਾਈ ਦੇ ਮਸ਼ਹੂਰ ਕਬੂਤਰ ਨੇ ਟ੍ਰੈਂਡਿੰਗ 'ਚ, ਜਿਹੜੇ ਅੱਜ ਦੇ ਟਾਈਮ ਚੱਲ ਰਹੇ ਨੇ।
ਦੇਖੋ ਬਈ ਚਿੱਟੀਆਂ ਅੱਖਾਂ ਦੇ ਨੇ ਤੇ ਇਹਨਾਂ ਦੀ ਕੀ ਜ਼ਿਆਦਾ ਪਿਓਰ ਨਿਸ਼ਾਨੀ ਕੀ ਆ ਬਈ ਇਹਨਾਂ ਦੀ? ਅੱਛਾ ਬਈ ਉੱਚੇ ਉੱਡਦੇ ਆ ਬਈ, ਗਰਮਾ ਕੇ ਜ਼ਿਆਦਾ ਠੰਡੇ ਨੇ ਬਈ? ਅੱਛਾ ਜਾਂਦੇ ਨਹੀਂ, ਹਲਦੇ ਨਹੀਂ ਹੈਗੇ ਤੇ ਉਹਨਾਂ ਦੀ ਬਲੱਡ ਲਾਈਨ ਜ਼ਿਆਦਾ ਆਹੀ ਹੈ ਬਈ ਲਾਲ ਸਿਰੇ ਲਾਲਚੀ ਨੇ? ਅੱਛਾ ਬਈ ਅੱਖਾਂ ਜ਼ਿਆਦਾ ਚਿੱਟੀਆਂ ਕੱਢਦੇ ਬਈ? ਚਿੱਟੀਆਂ ਦੇ ਦੇਖੋ ਬਈ ਆਹ ਮਸ਼ਹੂਰ ਕਬੂਤਰ ਨੇ ਬਈ ਬਿੰਦਰ ਪੂਲੇ ਵਾਲੇ, ਤੇ ਆਹ ਵੀ ਦੇਖੋ ਬਈ ਇਹ ਆ ਬਈ ਬਿੰਦਰ ਪੂਲਾ ਬਲੱਡ ਲਾਈਨ। ਦੋ ਕਬੂਤਰ ਆ ਗਏ ਬਈ ਦੋ ਤਿੰਨ, ਤੇ ਇਹ ਕਦੋਂ ਦੀ ਆ ਬਈ ਆਪਣੇ ਕੋਲੇ ਬਲੱਡ ਲਾਈਨ? ਇਹ ਆਪਣੇ ਕੋਲ 2 ਸਾਲਾਂ ਦੇ ਹੋਇਆ ਬਈ ਬਿੰਦਰ ਵਾਲੇ ਜਿਆਦਾ ਤੋਂ। ਅੱਛਾ ਬਈ ਪਹਿਲਾਂ ਵੀ ਕਬੂਤਰ। ਅੱਛਾ ਆਏ ਕਿੱਥੋਂ ਸੀ ਬਈ ਇਹ? ਇਹ ਪੂਲੇ ਤੋਂ ਆਏ ਹੋਏ ਆ ਆਪਣੇ। ਡਾਇਰੈਕਟ ਬਈ ਉਧਰੋਂ? ਹਾਂ ਬੱਤ ਪੂਲੇ ਤੋਂ ਆਇਆ। ਅੱਛਾ ਜਿਆਦਾ ਉੱਥੋਂ ਆਇਆ। ਇਹਦੀ ਭੈਣ ਕੀ ਕੁੱਦੂ ਵਾਲੀ ਜਿੱਤੀ ਆ ਬਈ? ਕੁੱਦੂ ਵਾਲੀ ਜਿੱਤੀ ਆ ਬਾਜੀ। ਇਹਦੀ ਭੈਣ ਬਈ? ਇਹਦੀ ਭੈਣ ਸਕੀ ਭੈਣ ਬਈ। ਦੇਖੋ ਘਰੇ ਕਿੰਨਾ ਕੁ ਟਾਈਮ ਉੱਡਦੇ ਬਈ ਇਹਦੇ? ਵਧੀਆ ਪੂਰੇ ਚੰਗੇ ਹੁੰਦੇ ਆ ਘਰੇ। ਵਧੀਆ ਉੱਡਦੇ ਹੈ। ਇਹ ਗਰਦੇ ਵਾਲਿਆਂ ਚੋਂ ਆ ਗਏ ਵੀ ਦੋਵੇਂ ਆ ਗਰਦੇ ਵਾਲਿਆਂ ਚੋਂ ਆ ਗਏ। ਦੇਖੋ ਆ ਦੋਨੇ ਬਈ ਗਰਦੇ ਵਾਲਿਆਂ ਚੋਂ ਨੇ। ਦੇਖੋ ਬਈ ਕਬੂਤਰ ਚਿੱਟੀਆਂ ਦੇ ਇਹ ਕਿਵੇਂ ਉੱਡਦੇ ਆ ਬਈ? ਅੱਛਾ ਜ਼ਿਆਦਾ ਗਰਮ ਉੱਡਦੇ ਆ ਬਈ ਕਬੂਤਰ? ਠੰਡੇ ਜ਼ਿਆਦਾ ਭੈੜੇ ਉੱਡਦੇ ਆ ਕਬੂਤਰ? ਥੋੜੇ ਭੈੜੇ ਉੱਡਦੇ ਆ ਬਈ। ਹਲਦੇ ਤਾਂ ਨਹੀਂ ਬਈ ਇਹ ਵੀ? ਇਹ ਵੀ ਬ੍ਰੇਕਾਂ ਨੇ ਬਈ, ਆਹ ਵੀ ਨਹੀਂ ਹਲਦੇ। ਬਾਕੀ ਬਈ ਆਹ ਸੈਟਅਪ ਆ, ਇੱਧਰ ਵੱਡਾ ਖੁੱਡਾ ਬਈ ਕਮਰੇ ਦੇ ਬਰਾਬਰ ਹੀ ਆ, ਕਮਰਾ ਹੀ ਇੱਕ ਹਿਸਾਬ ਦਾ, ਅੰਦਰ ਡੋਲੀਆਂ ਲੱਗੀਆਂ ਨੇ। ਆਹ ਖੁੱਡਾ ਪਾਇਆ ਹੁਣ ਬਈ, ਦੋ ਆਹ ਪਾਏ ਨੇ, ਉਸ ਤੋਂ ਬਾਅਦ ਵੀਰੇ ਇੱਧਰ ਪਾਰਕ ਆ, ਉਹ ਤੁਹਾਨੂੰ ਉੱਤੋਂ ਦਿਖਾਵਾਂਗੇ। ਉੱਧਰ ਹੀ ਦਿਖਾ ਜਾਂ ਇੱਥੋਂ ਹੀ ਦਿਖਾ ਦਿੰਦੇ ਬਈ, ਆਜੋ ਤੁਹਾਨੂੰ ਨਵਾਂ ਸੈਟਅਪ ਦਿਖਾਉਂਦੇ ਹਾਂ ਬਈ ਇੱਧਰ ਦੀ। ਇੱਧਰ ਛੱਡਤੇ ਬਈ ਕਿ ਛੱਡਣੇ ਹਲੇ? ਅੱਛਾ ਇੱਥੇ ਲਾਉਣੇ। ਆਜੋ ਬਈ ਆਹ ਬਣਾਇਆ ਬਈ ਨਵਾਂ ਸੈਟਅਪ ਬਾਈ ਨੇ, ਹੁਣ ਇੱਥੇ ਡਾਉਂਦੇ ਹੁੰਦੇ ਨੇ ਤੇ ਇੱਥੇ ਤਾਰਦੇ ਨੇ ਬਈ। ਤੇ ਕਬੂਤਰ ਹਲੇ ਅੰਦਰ ਛੱਡੇ ਤਾਂ ਨਹੀਂ ਬਈ? ਅੱਛਾ ਦਿਨੇ ਛੱਡ ਦਿੰਦੇ ਹੋ ਤਾਂ ਬਈ, ਜਿਹੜੇ ਹੁਣ ਨਵੇਂ ਬੱਚੇ ਗਿਝਾਈ ਜਾਂਦੇ ਨੇ ਬਾਈ ਹੋਰੀ, ਤਾਂ ਇੱਧਰ ਲਾ ਰੱਖਿਆ ਜਾਲ, ਇੱਥੇ ਤਾਰਦੇ ਨੇ ਬਈ। ਅੱਛਾ ਬਈ ਹਾਂ ਊਂ ਤਾਂ ਇੱਕ ਵਾਰੀ ਬਹੁਤ ਆ ਹਨ। ਤੇ ਬਈ ਆਹ ਦੋ ਖੁੱਡੇ ਪਾਏ ਨੇ, ਵਧੀਆ ਲੈਂਟਰ ਪਾਇਆ ਗਾ, ਪੂਰੇ ਟੌਪ ਦੇ ਖੁੱਡੇ ਪਾਏ ਨੇ ਬਈ, ਆਜੋ ਦਿਖਾਈਏ। ਦੇਖੋ ਬਈ ਕਿੰਨੇ ਬਾਏ ਕਿੰਨੇ ਦਾ ਵੀਰੇ ਫਾਈ ਇਹਦਾ? ਸਾਢੇ ਅੱਠ ਐਫਲੋਟ ਆ ਚੜਾਈ ਤੇ ਅੱਗੇ ਨੂੰ ਕਿੰਨੇ? ਅੱਛਾ ਮੂਰ ਨੂੰ 8.5 ਨੇ ਬਈ ਤੇ ਚੜਾਈ 7.5 ਹੈਗੀ। ਦੇਖੋ ਬਈ ਇੱਧਰ ਹਵਾ ਵਾਸਤੇ ਲਾਰਖੀਆਂ ਨੇ ਜਾਲੀਆਂ, ਇੱਧਰ 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 ਪੈਪ ਵੀ ਹੈਗੇ ਨੇ ਬਈ ਕੱਢੇ ਹੋਏ ਜੋ। ਅੱਛਾ ਅੱਛਾ ਪੈਪ ਵੀ ਕੱਢੀ। ਅੱਛਾ ਇੱਥੋਂ ਪੈਪ ਵੀ ਕੱਢੀ ਹੋਈ ਆ ਬਈ, ਬਾਕੀ ਉਹ ਭੰਨ ਕੇ ਨਿਕਲੀ ਜੂਗੀ। ਤੇ ਵਧੀਆ ਏਅਰ ਕੰਡੀਸ਼ਨਰ ਬਣਾਇਆ ਬਈ ਪੂਰਾ ਹਨਾ, ਸਾਰੇ ਪਾਸੇ ਜਾਲੀਆਂ ਨੇ ਚੰਗੇ, ਵਧੀਆ ਡਬਲ ਜਾਲੀ ਵਾਲੇ ਗੇਟ ਲੱਗੇ ਨੇ। ਤੇ ਉਧਰ ਦੂਜਾ ਸੈਟਅਪ ਆ, ਆਹ ਬਾਈ ਦਾ ਨਵਾਂ ਘਰ ਹੈਗਾ, ਇੱਥੇ ਬਣਾਏ ਨੇ ਆਹ ਦੋ ਖੁੱਡੇ। ਤੇ ਆਹ ਖੁੱਡਾ ਵੀ ਸੇਮ ਹੀ ਆ ਬਈ ਜਮਾ ਇਹਦੇ ਵਰਗਾ ਹੈਗਾ, ਤੇ ਆਹ ਇਕੱਲਾ ਕਬੂਤਰਾਂ ਵਾਸਤੇ ਲਿਆ ਹੋਇਆ ਬਈ ਆਹ ਸਾਰਾ ਸੈਟਅਪ। ਆਜੋ ਵੀ ਹੁਣ ਆ ਗਏ ਆਪਾਂ ਇੱਧਰਲੇ ਸੈਟਅਪ ਤੇ, ਇੱਥੇ ਨੇ ਤਿੰਨ ਖੁੱਡੇ ਮੂਹਰੇ ਆ ਜਾਲ, ਤੇ ਇੱਧਰ ਨੇ ਬਈ ਦੇਖੋ ਐਫਲੋਟ ਆ ਜਾਲੀਆਂ, ਆ ਮੀਂਹ ਤੋਂ ਕਰਿਆ ਬਈ? ਮੀਂਹ ਤੋਂ ਬਈ ਬਸ। ਹਾਂ ਕਈ ਵਾਰ ਵੀਰੇ ਬਛੜਾ ਕੇ ਗਿੱਲੇ ਹੋ ਜਾਂਦੇ ਖੁੱਡੇ, ਤੇ ਵਧੀਆ ਚੀਜ਼ ਬਣਾਈ ਆਹ ਲੱਗੀਆਂ ਨੇ ਵੀਰੇ ਅੱਗੇ। ਆਜੋ ਬਈ ਮਿੱਤਰੋ ਹੁਣ ਤੁਹਾਨੂੰ ਦਿਖਾਉਂਦੇ ਆ ਰਾਜਨ ਵਾਲੇ ਕਬੂਤਰ,
ਜਿਹੜੇ ਬਈ ਇਕੱਲੇ ਰਾਜਨ ਵਾਲੇ ਨੇ ਬਾਈ ਕੋਲੇ ਤਾਂ ਬਈ ਕਬੂਤਰ ਫੜ ਲਏ ਬਈ ਸਾਰੇ ਹੱਥਾਂ 'ਚ 2, 4, 6, 7, 8 ਕਬੂਤਰ ਨੇ ਬਈ ਰਾਜਨ ਵਾਲੇ। ਤਾਂ ਆਜੋ ਬਾਈ ਦਿਖਾਉਂਦੇ ਹਾਂ ਤੁਹਾਨੂੰ ਅਤੇ ਨਾਲੇ ਪੁੱਛਦੇ ਹਾਂ ਬਾਈ ਨੂੰ ਇਹ ਬਲੱਡ ਲਾਈਨ ਕਦੋਂ ਦੀ ਹੈ ਵੀਰੇ ਆਪਣੇ ਕੋਲ ਰਾਜਨ ਵਾਲੀ? ਆ ਜਾਂਦੇ ਵੱਧ ਮਸ਼ਹੂਰ ਹੋਏ ਨੇ ਆ ਸਾਰੀ ਬਲੱਡ ਲਾਈਨ ਗਿੱਲਾਂ ਵਾਲੇ ਬਿੰਦਰ ਤੋਂ ਆਏ। ਠੀਕ ਹੈ ਵੀਰੇ, ਠੀਕ ਆ। ਅਤੇ ਇੰਨਾ ਇਹ ਉੱਡਦੇ ਕਿਵੇਂ ਆ ਬਾਈ? ਇਹਨਾਂ ਨੇ ਜ਼ਿਆਦਾ ਬਾਈ ਨੂੰ ਮਸ਼ਹੂਰ ਕਰਿਆ ਬਾਈ ਆਹ ਕਬੂਤਰਾਂ ਨੇ ਅਤੇ ਸਾਰੇ ਖੱਟੀਆਂ ਅੱਖਾਂ ਦੇ ਨੇ ਬਾਈ ਹੈ ਮੇਰੇ ਖਿਆਲ 'ਚ। ਕਿੰਨਾ 'ਚ ਪਾ ਕੇ ਮੋਰਕਿਆਂ 'ਚ ਪਾ ਕੇ? ਠੀਕ ਆ ਬਾਈ, ਠੀਕ ਆ। ਤਾਂ ਆਜੋ ਬਾਈ ਤੁਹਾਨੂੰ ਕਬੂਤਰਾਂ 'ਤੇ ਨਿਗਾਹ ਮਰਾਉਂਦੇ ਹਾਂ ਅਤੇ ਇਹਨਾਂ 'ਚੋਂ ਬਾਜ਼ੀਆਂ ਛੱਡੇ ਹੋਏ ਆ ਬਾਈ? ਇਹਨੇ ਕਬੂਤਰ ਕੁਛ ਖੁੱਡੇ ਹੋਏ ਬਾਜ਼ੀਆਂ, ਜਿਵੇਂ ਆਹ ਜਿੱਤੀ ਹੋਈ ਆ, ਆਹ ਕਬੂਤਰ ਜਿੱਤੇ ਹੋਇਆ ਬਾਈ। ਅੱਛਾ, ਕੁਛ ਅਲੱਗ ਰੋਕੇ ਹੋਏ ਆ। ਅੱਛਾ, ਕੁਛ ਰੋਕੇ ਹੋਏ ਆ। ਇਹਦੀ ਭੈਣ ਜੀਪ 'ਤੇ ਦੂਜਾ ਨੰਬਰ ਕਰਾਇਆ ਹੋਇਆ। ਜੀਪ 'ਤੇ ਦੂਜਾ ਨੰਬਰ, ਜੀਪ ਵਾਲੀ ਬਾਜ਼ੀ 'ਚ? ਹਾਂ, ਦੂਜਾ ਨੰਬਰ ਰੋਕ ਲੈ। ਠੀਕ ਹੈ ਵੀਰੇ, ਠੀਕ ਆ। ਅੱਜ ਫਿਰ ਰੋਕੇ ਜਿੱਤੀ ਹੋਈ, ਜਿੱਤੀ ਹੋਈ ਆ, ਦੋ ਬਾਜ਼ੀਆਂ ਜਿੱਤੀ ਹੋਈ ਆ। ਦੋ ਬਾਜ਼ੀਆਂ ਜਿੱਤੀ ਆ ਬਈ ਆਹ ਕਬੂਤਰੀ। ਤਾਂ ਸਾਰੇ ਰਾਜ ਨਾਲੇ ਦਿਖਾਵਾਂਗੇ ਬਾਈ ਤੁਹਾਨੂੰ। ਅਤੇ ਇੱਧਰ ਆ ਗਏ ਬਾਈ ਦੇ ਹੱਥ 'ਚ, ਤਿੰਨ ਇੱਧਰ ਨੇ ਬਾਈ, ਦੇਖੋ ਬਹੁਤ ਚੰਗੇ ਕਬੂਤਰ ਆ ਬਾਈ ਅਤੇ ਸਾਰੇ ਖੱਟੀਆਂ ਅੱਖਾਂ ਦੇ ਨੇ। ਇਹ ਇਹ ਕਿੰਨੇ ਇਹ ਆ ਜਿੱਤੀ ਆ ਬਈ ਆਦੇ? ਇਹਦੀ ਭੈਣ ਜਿੱਤੀ, ਇਹਦੀ ਭੈਣ ਜਿੱਤੀ ਆ, ਆਹ ਕਬੂਤਰ ਜਿੱਤਿਆ ਹੋਇਆ, ਆਹ ਕਬੂਤਰ ਵੀ ਜਿੱਤਿਆ ਹੋਇਆ। ਅਤੇ ਇਹਨਾਂ ਦੀ ਬਈ ਕੋਈ ਹੋਰ ਖਾਸੀਅਤ? ਆਹ ਕਬੂਤਰ ਦੇ ਇਹਦੇ ਵੀ ਜਿੱਤੇ ਹੋਏ ਆਪਣੇ ਕੋਲ, ਬਹੁਤ ਟੌਪ ਉੱਡਦੇ ਇਹਦੇ ਇਹਦੇ ਬਈ। ਹਾਂ, 1 ਘੰਟੇ 10 ਮਿੰਟ ਦੀ ਵਿੱਥ ਪਾਈ ਸੀ ਇਹਨੇ, 1 ਘੰਟੇ 10 ਮਿੰਟ ਦੀ ਵਿੱਥ ਪਾਈ ਸੀ ਉਹਨੇ, 1 ਘੰਟੇ 10 ਮਿੰਟ ਦੀ ਪਾਈ। ਇਹਦੀ ਮਾਵਾਂ ਨੇ ਵੀ ਉੱਡੀ ਕਬੂਤਰੀ ਆਪਣੇ। ਅੱਛਾ ਬਈ, ਅਤੇ ਮਨਾਰ ਪਿੰਡ ਵੀ ਜਿੱਤਿਆ ਦਾ ਕਬੂਤਰ, ਇਹ ਵੀ ਰਾਜ ਨਾਲੇ ਬਈ ਪਿਓਰ। ਦੇਖੋ ਦੇਖੋ ਬਈ, ਬਹੁਤ ਮਸ਼ਹੂਰ ਕਬੂਤਰ ਨੇ ਬਈ ਜਿਹੜੇ ਤੁਹਾਨੂੰ ਇਸ ਟਾਈਮ ਦਿਖਾਈ ਜਾਂਦੇ ਹੈਗੇ ਸਾਰੇ ਰਾਜ ਨਾਲੇ। ਪਹਿਲਾਂ ਤੁਹਾਨੂੰ ਰਾਜ ਨਾਲੇ ਦਿਖਾਈ ਸੀ, ਹੁਣ ਬਿੰਦਰ ਫੁੱਲੇ ਵਾਲੇ ਦਿਖਾਉਂਦੇ ਹਾਂ ਬਈ। ਇੱਧਰੋਂ ਬਾਈ ਦੇ ਹੱਥਾਂ 'ਚ ਨੇ, ਇੱਧਰੋਂ ਸ਼ੁਰੂ ਹੋ ਜਾਂਦੇ ਬਈ ਆਪਾਂ। ਦੇਖੋ ਬਈ, ਆਹ ਗੂੜਾ ਰੱਤਾ ਅਤੇ ਕਾਲੀ ਚੀਨੀ ਬਈ। ਦੇਖੋ ਕਬੂਤਰ, ਇਹ ਪਿਓਰ ਨੇ ਬਈ ਫੁੱਲੇ ਵਾਲੇ, ਤਾਂ ਬਈ ਪਿਓਰ ਕਬੂਤਰ ਨੇ ਬਿੰਦਰ ਫੁੱਲਾ ਬਲੱਡ ਲਾਈਨ 'ਚੋਂ। ਅਤੇ ਆਹ ਸੀ ਕਾਲੀ ਚੀਨੀ ਕਬੂਤਰੀ ਬਈ, ਅਤੇ ਇੱਧਰ ਲਾਲ ਚੀਨੀ। ਦੇਖੋ ਬਈ, ਦੋਨੇ ਬਹੁਤ ਚੰਗੇ ਕਬੂਤਰ ਆ ਬਈ। ਅਤੇ ਆਹ ਸਾਰੇ ਕਬੂਤਰਾਂ ਦੇ ਬੱਚੇ ਅੱਗੇ ਛੱਡੇ ਹੋਏ ਨੇ ਬਾਜ਼ੀਆਂ। ਅਤੇ ਇੱਧਰ ਆ ਗਈ ਕਾਲੀ ਚੀਨੀ ਬਈ, ਇਹ ਵੀ ਬਿੰਦਰ ਬਿੰਦਰ ਲਾਈਨ 'ਚੋਂ ਬਈ। ਅਤੇ ਇੱਧਰ ਆ ਗਿਆ ਬਈ ਗੂੜਾ ਰੱਤਾ। ਜ਼ਿਆਦਾ ਕਿਹੜੇ ਨੇ ਬਈ, ਮਤਲਬ ਰੰਗ ਕਿਹੜਾ ਕੱਢਦੇ ਨੇ ਜ਼ਿਆਦਾ ਬਿੰਦਰ? ਸਾਰੇ ਤਰ੍ਹਾਂ ਦੀ ਕੱਢਦੇ, ਲਾਲ ਚੀਨੀ ਰੱਤੇ ਵੱਧ ਕੱਢਦੇ, ਕਾਲੀ ਚੀਨੀ ਵਿੱਚ ਕੱਢ ਲੈਂਦੇ ਨੇ, ਕਾਲੇ ਚੀਨੀ ਤੇ ਰੱਤੇ ਵੱਧ ਕੱਢਦੇ ਬਈ। ਅਤੇ ਅੱਖਾਂ ਚਿੱਟੀਆਂ ਬਈ, ਚਿੱਟੀਆਂ ਅੱਖਾਂ। ਅਤੇ ਇੱਕ ਇੱਧਰ ਆ ਗਈ ਬਈ ਕਬੂਤਰੀ, ਚਿੱਟੀਆਂ ਅੱਖਾਂ ਦੀ, ਇਹ ਵੀ ਬਿੰਦਰ ਪੂਲੇ ਦੀ ਬਲੱਡ ਲਾਈਨ 'ਚੋਂ ਆ। ਤਾਂ ਇਹਨਾਂ ਸਾਰਿਆਂ ਦੇ ਬੱਚੇ ਬਈ ਵਧੀਆ ਬਾਜ਼ੀਆਂ ਜਿੱਤਦੇ ਆ। ਅਤੇ ਇਹ ਬਲੱਡ ਲਾਈਨ ਵੀ ਆਪਣੇ ਕੋਲੇ ਪੁਰਾਣੀ ਆ ਬਈ? ਇਹ ਬਈ ਪੂਰਾ ਟਾਈਮ 2 ਸਾਲ ਹੋ ਗਏ ਯਾਰ। ਕੁਛ ਕਬੂਤਰ ਪਹਿਲਾਂ ਬਿੰਦਰ ਵਾਲੇ ਹੋਰ, ਜਿਵੇਂ ਟੋਪੀਆਂ ਲਾਲ ਸਰੇ ਵੀ ਆਪਣੇ ਕੋਲੇ ਪਹਿਲਾਂ ਦੇ। ਠੀਕ ਆ ਬਈ, ਠੀਕ। ਹਾਂ, ਤਾਂ ਬਈ ਆਹ ਸੀਗੇ ਬਈ ਬਿੰਦਰ ਪੂਲੇ ਵਾਲੀ ਬਲੱਡ ਲਾਈਨ। ਦੇਖੋ ਇਹ ਚੰਗਾ ਰਿਜ਼ਲਟ ਆਇਆ ਕਿ ਪੂਰੇ ਟੌਪ ਉੱਡਿਆ ਬਈ ਆਪਣੇ ਕੋਲੇ। ਆਹ ਦੇਖੋ ਬਈ ਕਬੂਤਰ, ਦੇਖੋ ਤਾਂ ਇਹਨਾਂ ਬਾਰੇ ਜ਼ਰੂਰ ਦੱਸਿਓ ਬਈ ਕਿਵੇਂ ਲੱਗੇ। ਕਬੂਤਰ ਇੱਧਰ ਛੱਡਤੀ ਮੈਂ, ਆ ਲਿਆਂਦੇ ਹੋਰ ਕਬੂਤਰ, ਇਹ ਵੀ ਮੋਰ ਵਾਲੇ ਆ ਬਈ। ਆ ਜਦੋਂ ਖਾਈਆਂ ਕਬੂਤਰੀਆਂ ਨੇ ਐਸ ਵਾਰ ਤੁਹਾਨੂੰ ਬਈ ਸਾਰੇ ਸੱਪ ਦਿਖਾਏ ਨੇ ਸਿਰੇ ਦੇ, ਚੋਟੀ ਦੇ ਕਬੂਤਰ। ਦੇਖੋ ਬਈ ਸ਼ਾਹ ਕੀ ਮੋਰ ਵਾਲੇ, ਇਹ ਮੋਰ ਵਾਲੇ ਬਈ ਜ਼ਿਆਦਾ ਗਰਮ ਆ ਕਿ ਠੰਡੇ ਆ ਕਿ ਪੱਤੀ ਜਾਂਦੇ ਜੁੰਦੇ ਨਹੀਂ ਇਹ ਬਈ? ਪੂਰੇ ਵਧੀਆ ਉੱਡਦੇ ਨੇ, ਇਹ ਵੀ ਨਹੀਂ ਜਾਂਦੇ, ਬ੍ਰੇਕਾਂ ਨੇ ਜਾਣ ਆਉਣ ਕਰਦੇ ਹੈ ਕਬੂਤਰ, ਉੱਪਰ ਜਾਂਦੇ ਆ, ਉੱਤੇ ਜਾਂਦੇ ਆ, ਬੜਾ ਉੱਚੀ ਤੇ ਆ ਜਾਂਦੇ ਆ, ਬਾਅਦ ਜਾਣ ਆਉਣ ਕਰਦੇ ਰਹਿੰਦੇ ਆ ਬਈ ਆਹ ਛਿੱਟੀਆਂ ਦਾ। ਦੇਖੋ ਬਈ ਆਹ ਵੀ ਬਹੁਤ ਫਣਖੇ ਕਬੂਤਰ ਆ, ਇਹ ਨੇ ਬਈ ਬਲੱਡ ਲਾਈਨ ਚੀਜ਼ਾਂ। ਆਹ ਬਹੁਤ ਚੰਗੇ ਬਈ ਛਿੱਟੀਆਂ ਗਈਆਂ।
ਇੱਧਰ ਆ ਗਏ ਬਈ, ਦੇਖੋ ਦੋ ਇੱਧਰ ਨੇ ਖੱਟੀਆਂ ਦਾ ਤੇ ਸ਼ਾਖਾ ਸ਼ਾਖਾ ਕੀ ਕਮਾਂਡ ਸ਼ਾਖਾ ਹੈਗਾ ਇਹ ਕਮਾਂਡਲੀ ਦਾ ਆ ਸੀ ਚਿੱਟੀ ਤੇ ਕਾਲੀ ਅੱਖ ਦੀ ਤੇ ਇੱਧਰ ਆ ਗਏ ਬਈ ਦੋ ਖੱਟੀਆਂ ਦਾ ਤੇ ਚਿੱਟੀਆਂ ਦਾ ਇਹਨਾਂ ਦੀ ਖਾਸੀਅਤ ਬਈ ਆਪ ਉੱਡਦੇ ਬੱਚੇ ਇਹਨਾਂ ਦੇ ਪੂਰੇ ਟੌਪ ਹੀ ਉੱਡਿਆ ਬਈ ਸਰੇ ਉੱਡਦੇ ਬਈ ਹਾਂ ਹਾਂ ਆ ਵੀ ਜਿੱਤਿਆ ਹੋਇਆ ਕਬੂਤਰ ਆ ਜਿੱਤਿਆ ਹੋਇਆ ਇਹ ਕਿੱਥੇ ਜਿੱਤਿਆ ਬਈ ਇਹ ਆਪਣਾ ਲਿਆਜੀ ਸੀਗਾ ਯਾਰ ਉਹ ਲੈ ਗਿਆ ਅਜੇ ਅੱਛਾ ਬਈ ਤੇ ਉੱਥੇ ਜਿੱਤਿਆ ਐਲਈਡੀ ਜਿੱਤਿਆ ਵਾਧੇ ਵਾਲੀ ਬਈ ਐਲਈਡੀ ਵਾਧੇ ਦੀ ਜਿੱਤਿਆ 100,000 ਰੁਪਏ ਵੱਧ ਤੋਂ ਜਿੱਤਿਆ 100,000 ਰੁਪਏ ਜਿੱਤਿਆ ਹੋਇਆ 100,000 ਰੁਪਏ ਤੋਂ ਵੱਧ ਹੀ ਜਿੱਤਿਆ ਜੀ ਵਾਧੇ ਜਿੱਤਿਆ 100,000 ਤੋਂ ਹਾਂ ਦੇਖੋ ਬਈ ਆ ਬਹੁਤ ਫਨਖਿਆ ਬਈ ਹਨਾ ਸ਼ਾਖ ਹੈ ਹਾਂ ਬਈ ਇਹ ਚਿੱਟੀ ਵਾਲੀ ਆ ਇਹਦੀ ਭੈਣ ਦਾ ਆ ਗਿਆ ਬਈ ਇਹ ਅੱਛਾ ਹਾਂ ਇਹਦੀ ਭੈਣ ਦਾ ਆ ਗਿਆ ਲਾਲ ਛੱਟਣ ਹਾਂ ਠੀਕ ਹੈ ਠੀਕ ਹੈ ਬਈ ਤੇ ਕਿੱਧਰ ਹੋਰ ਕਿੱਧਰ ਗਿਆ ਆਹ ਛੱਟੇ ਜਿਹੇ ਕੱਢੇ ਹੋਏ ਨੇ ਆਹ ਬਈ ਜਮਾ ਨੈਚੁਰਲ ਆ ਬਈ ਆਹ ਚੀਜ਼ ਆ ਜਿਹੜੇ ਨਹੀਂ ਬਈ ਕਲਫ ਲੱਗੀ ਹੋਈ ਸੀ ਪਹਿਲਾਂ ਅੱਛਾ ਅੱਛਾ ਠੀਕ ਚਿੱਟੀ ਸਪੈਦ ਆ ਛਿੱਟਾਂ ਹੀ ਸਿਰ ਚ ਕੜੀਆਂ ਨੇ ਮਣੀ ਮੁੱਟੀਆਂ ਬਰੀਕ ਜੀਆਂ ਜਿਵੇਂ ਇਹਦੇ ਵੀ ਰੱਤੇ ਛੁੱਟੇ ਇੱਕ ਦੋ ਠੀਕ ਠੀਕ ਆ ਤਾਂ ਇਹਨਾਂ ਦੇ ਵਧੀਆ ਛੱਡ ਦਿਓ ਬਾਜੀਆਂ ਬਈ ਹਾਂ ਹਾਂ ਬਈ ਠੀਕ ਹੈ ਦੇਖੋ ਬਈ ਕਿਵੇਂ ਲੱਗੇ ਬਈ ਜ਼ਰੂਰ ਦੱਸਿਓ ਬਈ ਆਹ ਕਬੂਤਰ ਵੀ ਬਹੁਤ ਫਨਖੇ ਕਬੂਤਰ ਆ ਆਹ ਫੜ ਲਿਆਂਦੀ ਨਵੀਂ ਬਲੱਡ ਲਾਈਨ ਵੀਰੇ ਪੀਰਕੋਟੀਆਂ ਦੇ ਕਬੂਤਰ ਦਿਖਾਉਣੇ ਬਈ ਤੁਹਾਨੂੰ ਪੀਰਕੋਟ ਵਾਲੇ ਦੇਖੋ ਬਈ ਕਬੂਤਰ ਖੱਟੀਆਂ ਅੱਖਾਂ ਦੀ ਕਬੂਤਰੀ ਆ ਬਈ ਮਾਂਡਾ ਧਰਨ ਇਹ ਕਦੋਂ ਆਈ ਸੀ ਬਈ ਕਾਫੀ ਟਾਈਮ ਦੇ ਬਈ ਆਪਣੇ ਕੋਲ ਠੀਕ ਆ ਤਾਂ ਬਈ ਬਾਵਾ ਟਾਈਮ ਦੀ ਆ ਬਾਕੀ ਕਬੂਤਰੀ ਅੰਡਾ ਧਰਨ ਵਾਲੀ ਆ ਤਾਂ ਅਸੀਂ ਸੋਚਿਆ ਵੀ ਤੁਹਾਨੂੰ ਪਹਿਲਾਂ ਚਲੋ ਇਹਦਾ ਸ਼ੌਂਕ ਕਰਾ ਦਈਏ ਬਈ ਤੇ ਇੱਧਰ ਬਈ ਕਿਹੜੇ ਆ ਗਏ ਮੀਰਾਬ ਵਾਲੇ ਇਹ ਮੀਰਾਬ ਆ ਗਏ ਬਈ ਆਹਾ ਬਈ ਇਹ ਮੀਰਾਬ ਵਾਲੀ ਕਬੂਤਰੀ ਆ ਗਈ ਆਹ ਕਬੂਤਰ ਸਾਈਂ ਚਲਣ ਆ ਗਿਆ ਬਈ ਅੱਛਾ ਤੇ ਆ ਵੀ ਮੀਰਾਬ ਕਬੂਤਰ ਆ ਗਿਆ ਆਇਓ ਬਈ ਪਹਿਲਾਂ ਤੁਹਾਨੂੰ ਮੀਰਾਬ ਵਾਲੀ ਦਿਖਾਉਂਦੇ ਆ ਆ ਸੀ ਬਈ ਮੀਰਾਬ ਵਾਲੇ ਦੇਖੋ ਅੱਖ ਦਾ ਸ਼ੌਂਕ ਕਰੋ ਬਈ ਕਮਾਂਡਲਾ ਕਬੂਤਰ ਆ ਕਾਲੀ ਅੱਖ ਦਾ ਖੱਟਾ ਟੌਂਕ ਸੀ ਇਹਦੇ ਬਈ ਹੁਣ ਦੇਖੋ ਥੋੜਾ ਜਿਹਾ ਖੱਟੀ ਕਰਦਾ ਇਹਨਾਂ ਕੋਈ ਇੰਨੀ ਕੁ ਰੱਖੂ ਪਰ ਆਹਾ ਬਈ ਮੀਰਾਬ ਵਾਲੀ ਬਲੱਡ ਲਾਈਨ ਤੇ ਆ ਸਾਈਂ ਵਾਲੇ ਆ ਗਏ ਵੀਰੇ ਜੋੜਾ ਆ ਗਿਆ ਵੱਡਾ ਮੀਰਾਬ ਤੇ ਆ ਆ ਗਏ ਵੀਰੇ ਮੀਰਾਬ ਵਾਲੇ ਹੋਰ ਸ਼ਾਖੇ ਵੱਡਾ ਜੋੜਾ ਬਈ ਸ਼ਾਖਿਆ ਦੋਨੇ ਤਾਂ ਕਾਫੀ ਟਾਈਮ ਦੀ ਬਲੱਡ ਲਾਈਨ ਆ ਬਾਈ ਕੋਲੇ ਇਹਨਾਂ ਦੇ ਬੱਚੇ ਕਿਵੇਂ ਉੱਡਦੇ ਆ ਵਧੀਆ ਉੱਡਦੇ ਆ ਬਈ ਇਹ ਵੀ ਚੰਗੇ ਉੱਡਦੇ ਆ ਬਈ ਬਹੁਤ ਵਧੀਆ ਉੱਡਦੇ ਆ ਬਾਈ ਜਤਾਉਂਦੇ ਆ ਬਾਜੀਆਂ ਆ ਮੀਰਾਬ ਆ ਵੀ ਮੀਰਾਬ ਆ ਸਾਈਂ ਚਲਣ ਲੱਗਾ ਬਈ ਆ ਬਾਕੀ ਸਾਰੇ ਮੀਰਾਬ ਵਾਲੇ ਨੇ ਕੱਲੀ ਉਹ ਸਾਈਂ ਵਾਲੀ ਆ ਬਈ ਫਟਿਆ ਕੋ ਆ ਦੇਖੋ ਬਈ ਸ਼ਾਖ ਆ ਮੀਰਾਬ ਵਾਲਾ ਦੋ ਤਿੰਨ ਥੱਲੇ ਕਬੂਤਰ ਆ ਮੀਰਾਬ ਇਹਨਾਂ ਦੇ ਕਬੂਤਰ ਅੱਗੇ ਬੱਚੇ ਸਾਰੇ ਜਿੱਤੇ ਹੋਏ ਆ ਬਈ ਚੰਗੀ ਬਲੱਡ ਲਾਈਨ ਆ ਇਹ ਦੂਸਰਾ ਬਹੁਤ ਤਕੜੇ ਉੱਡਦੇ ਆਪਣੇ ਆ ਜੋੜੇ ਦੇ ਬਈ ਆ ਜੋੜੇ ਦੇ ਬਈ ਪੂਰੇ ਟੌਪ ਹੀ ਉੱਡਦੇ ਆ ਬਈ ਇਹਨਾਂ ਬਈ ਸਰੇ ਦੇ ਉੱਡਦੇ ਆ ਬਈ ਜਿਹੜੇ ਬਾਈ ਦੇ ਹੱਥ 'ਚ ਜੋੜਾਗਾ ਐਤਕੀ ਦੋ ਬਾਜੀਆਂ ਐਤਕੀ ਪਹਿਲੀਆਂ 'ਚ ਤੇ ਦੋ ਪਿਛਲੇ ਸਾਲ ਜਿੱਤੀ ਬਈ ਅੱਛਾ ਇਹਨਾਂ ਦੀ ਪੱਠੀ ਦੀ ਚਾਰ ਬਾਜੀਆਂ ਜਿੱਤੀਆਂ ਜਾਨੀ ਕਿ ਚਾਰ ਬਾਜੀਆਂ ਜਿੱਤ ਗਈ ਇਹਨਾਂ ਦੀ ਪੱਠੀ ਹਾਂ ਦੱਸਰ ਦੂਫਰ ਦੀਆਂ ਬਾਜੀਆਂ ਜਿੱਤੀਆਂ ਬਈ ਚਾਰ ਬਾਜੀਆਂ ਆ ਜੋੜੇ ਦੇ ਵਿੱਚ ਬਹੁਤ ਬਾਜੀਆਂ ਜਿੱਤਦੇ ਆ ਬਈ ਮੀਰਾਬ ਵਾਲੇ ਪਹਿਲੀ ਬਾਜੀ ਜਿੱਤੀ ਭਾਈ ਦੇਸੇ ਦੂਜੀ ਬਾਜੀ ਜਿੱਤੀ ਸਰਦਾ ਸਿੰਘ ਵਾਲੇ ਦੂਸਰ ਚ ਮੀਂਹ ਆ ਗਿਆ ਸੀ ਛੇ ਕਬੂਤਰੀ ਉੱਡੇ ਛੁੱਦੇ ਤੇ ਐਤਕੀ ਪਹਿਲੀਆਂ 'ਚ ਲੂਲ ਬਾਈ ਜਿੱਤੀ ਫਿਰ ਜਿੱਤੀ ਬਾਈ ਬਾਦਲ ਪਿੰਡ ਹਾਂ ਆਪਣੇ ਮਿੱਤਰ ਲੈ ਗਏ ਸੀ ਉਹਨਾਂ ਕੋਲ ਦੋ ਬਾਜੀਆਂ ਉਹਨਾਂ ਕੋਲ ਛੱਡਤੀ ਸੀ ਅੱਛਾ ਬਈ ਇਹ ਵੀ ਖੜਕੇ ਉੱਡਦੇ ਆ ਬਈ ਹਾਂ ਹਾਂ ਜਾਂਦੇ ਨਹੀਂ ਬਾਈ ਨਹੀਂ ਜਾਂਦੇ ਨਾ ਨੀਵੇਂ ਉੱਡਦੇ ਜ਼ਰੂਰ ਨੀਵੇਂ ਉੱਡਦੇ ਤੇ ਜਾਂਦੇ ਨਹੀਂ ਗੇ ਆਹ ਤੈਨੂੰ ਪੈਪਸੀ ਦਿਖਾਉਣਾ ਫਿਰ ਹਾਂ ਪੈਪਸੀ ਹਾਂ ਆ ਗਈ ਪੈਪਸੀ ਆਇਓ ਵੀ ਤੁਹਾਨੂੰ ਕਲਚਰ ਫਾਰਮ ਦਿਖਾਉਂਦੇ ਆ ਬਾਈ ਨੇ ਬਹੁਤ ਸ਼ੌਂਕ ਨਾਲ ਰੱਖੀ ਆ ਵੀ ਬਲੈਕ ਕਲਰ ਦੀ ਹੈਗੀ ਦੇਖੋ ਕਲਚਰ ਫਾਰਮ ਬਹੁਤ ਕਿਊਟ ਆ ਵੀ ਕੱਟੀ ਆ ਲਿਆਂਦੇ ਬਾਈ ਨਵੇਂ
ਇਹ ਨਵੀਂ ਨਸਲ ਆ ਬਈ, ਨਵੀਂ ਬਲੱਡ ਲਾਈਨ ਇਹ ਹੈਗੀ ਆ ਬਈ, ਨਿਹੰਗ ਵਾਲੀ ਬਲੱਡ ਲਾਈਨ ਆਹ ਸੀ ਬਈ ਡੱਬੇ ਨਿਹੰਗ ਵਾਲੇ, ਦੇਖੋ ਜਿਹੜੇ ਮਸ਼ਹੂਰ ਨੇ ਬਈ ਡੱਬੇ, ਤੇ ਆਹ ਨੇ ਬਈ ਡੱਬੇ ਲਾਲ ਡੱਬੇ ਸ਼ਾਹ ਆਖੇ ਬਈ। ਇਹ ਬਲੱਡ ਲਾਈਨ ਕਦੋਂ ਆਉਂਦੀ ਆ ਬਈ ਆਪਣੇ ਕੋਲੇ? ਇਹ ਕਾਫੀ ਟਾਈਮ ਦੇ ਬਈ ਗੱਲਾਂ ਨਾਲ ਬਾਈ ਬਿੰਦਰ ਤੋਂ ਹੋਏ ਸੀ। ਇਹ ਕਬੂਤਰ ਮੋਰ ਕਰਾ ਕੇ ਇਹ ਮੋਰ ਤੋਂ ਲਿਆਂਦਾ ਸੀਗਾ? ਨਹੀਂ ਲਿਆਂਦਾ ਨੀ ਬਈ, ਆਇਆ ਆਪਣੇ ਕੋਲ ਮੁੱਲ ਲਿਆ ਸੀ। ਮੁੱਲ ਲਿਆ ਸੀ ਕਿਸੇ ਬੰਦੇ ਤੋਂ ਲਿਆ ਸੀ? ਕਿਸੇ ਬੰਦੇ ਤੋਂ ਲਿਆ ਸੀ। ਦੇਖੋ ਬਈ ਕਬੂਤਰ ਇਹ ਨੋਕ ਬਦਲ ਜਾਂਦਾ ਬਈ। ਨੋਕ ਬਦਲ ਜਾਂਦਾ ਬਈ? ਹਾਂ। ਕਿਵੇਂ ਬਈ? ਮਤਲਬ ਪਹਿਲਾਂ ਕਾਲੀ ਨੋਕ ਦਾ ਸੀ? ਹਾਂ, ਕਰ ਜਾਂਦਾ ਸੀ। ਅੱਛਾ, ਠੀਕ ਆ ਬਈ। ਧੂਰੀ ਨੋਕ ਸੀ, ਕਾਲੀ ਭੂਰੀ ਨੋਕ। ਠੀਕ ਠੀਕ। ਹੁਣ ਆ ਗਏ ਬਈ ਆਪਾਂ ਇੱਧਰ ਥੱਲੇ, ਤੇ ਹੁਣ ਤੁਹਾਨੂੰ ਦਿਖਾਉਂਦੇ ਆ ਪਿਓਰ ਮੀਰਾ ਵਾਲੇ ਬਾਈ ਨੇ ਮੁੱਲ ਲਏ ਹੋਏ ਆ ਬਈ। ਆਜੋ ਤੁਹਾਨੂੰ ਦਿਖਾਉਂਦੇ ਆ ਕਬੂਤਰ, ਇੱਥੋਂ ਸ਼ੁਰੂ ਕਰਦੇ ਆ ਬਈ। ਦੇਖੋ ਇੱਧਰੋਂ ਵੀ ਦੇਖੋ ਅੱਖ ਬਈ, ਆਹਾ ਬਈ ਕਬੂਤਰੀ ਆ ਬਈ, ਇਹ ਕਬੂਤਰ ਇਹ ਇਹ ਆ ਬਈ ਜਮਾਂ ਮੀਰਾ ਵਾਲਾ ਪਿਓਰ ਪੱਲਾ, ਦਿਖਾਈ ਮੜਿਆ ਗੋਪੀ। ਦੇਖੋ ਬਈ ਦੇਖੋ, ਆਹਾ ਬਈ ਪਿਓਰ ਮੀਰਾ ਵਾਲੇ, ਤੇ ਆਹਾ ਬਈ ਇੱਧਰ ਵੀ ਦੇਖੋ, ਇਹ ਕਬੂਤਰੀ ਆ ਬਈ, ਖੱਟੀ ਤੇ ਕਾਲੀ ਅੱਖ ਦੀ ਆ ਵੀਰੇ। ਦੇਖੋ ਇਹ ਵੀ ਪਿਓਰ ਆ ਵੀਰੇ, ਮੀਰਾ ਵਾਲੀ ਜਮਾਂ ਪਿਓਰ ਆ ਵੀਰੇ, ਜਮਾਂ 100% ਮੁੱਲ ਲਏ ਹੋਏ ਆ। ਤੇ ਆਹ ਦੇਖੋ ਬਈ, ਆਹ ਚੀਜ਼ ਇੱਥੇ ਢਿੱਡ ਤੇ ਆ ਕੱਢੀ ਹੋਈ ਆ, ਤੇ ਇੱਥੇ ਵੀ ਦੇਖੋ। ਤਾਂ ਬਈ ਸਾਰੇ ਜਮਾਂ ਅੱਗ ਦੀਆਂ ਨਾਲਾਂ ਦਿਖਾਏ ਆ ਤੁਹਾਨੂੰ, ਜਿੰਨੇ ਦਿਖਾਏ ਹੈਗੇ। ਹੁਣ ਆ ਗਏ ਬਈ ਇੱਧਰ, ਆਹਾ ਵੀਰ ਜੀ ਪੌਣੇ 2 ਘੰਟਿਆਂ ਦੀ ਵਿੱਥ ਪਾਈ ਸੀ ਕਬੂਤਰ ਨੇ, ਸਾਰਿਆਂ ਨਾਲੋਂ ਵੱਧ ਉੱਡਿਆ ਸੀਗਾ ਬਈ ਪੌਣੇ 2 ਘੰਟੇ, 1 ਘੰਟੇ 10 ਮਿੰਟ ਦੀ ਵਿੱਥ ਪਾਈ ਸੀ। ਕਿੱਥੇ ਬਈ? ਅੱਛਾ, ਦੇਖੋ ਬਈ ਇਹ ਕਿਹੜੀ ਬਲੱਡ ਲਾਈਨ ਹੈ? ਇਹ ਰਾਜੇ ਨਾਲੇ ਆ ਗਏ, ਬਹੁਤ ਬਾਜ਼ੀਆਂ ਜਿੱਤਿਆ ਬਈ ਰਾਜੇ ਨਾਲੇ ਕਬੂਤਰ ਬਾਜੀ ਦੇ। ਦੇਖੋ ਬਈ ਕਾਲੀ ਨੋਕ, ਖੱਟੀਆਂ ਅੱਖਾਂ ਦਾ ਕਬੂਤਰੀ ਬਈ, ਕਬੂਤਰ ਆ। ਤਾਂ ਸੀਗੇ ਬਈ ਰਾਜੇ ਨਾਲੇ ਤੇ ਮੀਰਾ ਵਾਲੇ, ਤਾਂ ਬਹੁਤ ਚੰਗੇ ਕਬੂਤਰ ਆ ਬਈ ਸਾਰੇ। ਤੇ ਦੱਸਿਓ ਬਈ ਕਮੈਂਟ ਕਰਕੇ ਕਿਹੜੀ ਬਲੱਡ ਲਾਈਨ ਤੁਹਾਨੂੰ ਚੰਗੀ ਲੱਗੀ ਮਿੱਤਰੋ, ਤੇ ਕਿਵੇਂ ਲੱਗੇ ਸਾਰੇ ਕਬੂਤਰ, ਪੱਕਾ ਦੱਸਿਓ ਬਈ। ਤਾਂ ਮਿੱਤਰੋ ਆਹ ਸੀ ਅੱਜ ਦੀ ਵੀਡੀਓ, ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ, ਤੇ ਨਾਲੇ ਕਿਵੇਂ ਲੱਗੇ ਬਾਈ ਦੇ ਸਾਰੇ ਕਬੂਤਰ ਆਹ ਗੱਲ ਪੱਕਾ ਦੱਸਿਓ ਬਈ ਕਮੈਂਟ ਕਰਕੇ। ਮਿਲਾਂਗੇ ਬਈ ਅਗਲੀ ਵੀਡੀਓ 'ਚ ਨਵੇਂ ਜੇ ਟੌਪਿਕ 'ਤੇ। ਰੱਬ ਰਾਖਾ ਜੱਟੋ।